प्यारे विद्यार्थियों आज दी इस जमात विच ਤੁਹਾਡਾ ਸਭ ਦਾ ਸਵਾਗਤ ਹੈ ਉਮੀਦ ਹੈ ਤੁਸੀਂ ਸਭ ਪੂਰੀ ਤਿਆਰੀ ਦੇ ਨਾਲ ਇਸ ਕਲਾਸ ਨੂੰ ਅਟੈਂਡ ਕਰਨ ਲਈ ਬੈਠੇ ਹੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 9ਵੀਂ ਜਮਾਤ ਦੇ ਸਮਾਜਿਕ ਸਿੱਖਿਆ ਦੇ ਚਾਰ ਭਾਗ ਹਨ ਉਹਨਾਂ ਚਾਰੇ ਭਾਗਾਂ ਵਿੱਚੋਂ ਅੱਜ ਅਸੀਂ ਇਸ ਦਾ ਇੱਕ ਭਾਗ ਨਾਗਰਿਕ ਸ਼ਾਸਤਰ ਦੇ 10ਵੇਂ ਪਾਠ ਲੋਕਤੰਤਰ ਦਾ ਅਰਥ ਅਤੇ ਮਹੱਤਵ ਬਾਰੇ ਗੱਲ ਕਰਾਂਗੇ ਪਿਆਰੇ ਵਿਦਿਆਰਥੀਓ ਅਸੀਂ ਇਸ ਪਾਠ ਵਿੱਚ ਲੋਕਤੰਤਰ ਸੰਬੰਧੀ ហេਟ ਲਿਖੇ ਪ੍ਰਸ਼ਨਾਂ ਦੇ ਉੱਤਰ ਜਾਣਨ ਦੀ ਕੋਸ਼ਿਸ਼ ਕਰਾਂਗੇ ਜਦੋਂ ਵੀ ਕੋਈ ਵਿਚਾਰ ਜਾਂ ਕੋਈ ਸਿਧਾਂਤ ਸਾਡੇ ਸਾਹਮਣੇ ਆਉਂਦਾ ਹੈ ਤਾਂ ਸਹਿਜ ਹੀ ਕਿਸੇ ਵੀ ਵਿਅਕਤੀ ਦੇ ਦਿਮਾਗ ਦੇ ਵਿੱਚ ਉਸ ਦੇ ਨਾਲ ਸੰਬੰਧਿਤ ਕੁਝ ਪ੍ਰਸ਼ਨ ਹੁੰਦੇ ਹਨ ਇਸੇ ਤਰੀਕੇ ਨਾਲ ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਤਾਂ ਕੁਝ ਸਧਾਰਨ ਜਿਹੇ ਪ੍ਰਸ਼ਨ ਇੱਕ ਵਿਦਿਆਰਥੀ ਦੇ ਦਿਮਾਗ ਵਿੱਚ ਜਾਂ ਇੱਕ ਅਧਿਆਪਕ ਦੇ ਦਿਮਾਗ ਵਿੱਚ ਜਾਂ ਕਿਸੇ ਵੀ ਵਿਅਕਤੀ ਦੇ ਦਿਮਾਗ ਵਿੱਚ ਆ ਸਕਦੇ ਹਨ ਉਹ ਕੁਝ ਜਨਰਲ ਜਿਹੇ ਪ੍ਰਸ਼ਨ ਕੁਝ ਆਮ ਪ੍ਰਸ਼ਨ ਤੁਹਾਡੇ ਸਾਹਮਣੇ ਦਿੱਤੇ ਗਏ ਹਨ ਜਿਨ੍ਹਾਂ ਪ੍ਰਸ਼ਨਾਂ ਦੇ ਉੱਤਰ ਅਸੀਂ ਇਸ ਪਾਠ ਵਿੱਚੋਂ ਪ੍ਰਾਪਤ ਕਰਾਂਗੇ ਇਹ ਪ੍ਰਸ਼ਨ ਹਨ ਲੋਕਤੰਤਰ ਦਾ ਅਰਥ ਕੀ ਹੈ ਲੋਕਤੰਤਰ ਦੇ ਮੂਲ ਸਿਧਾਂਤ ਕੀ ਹਨ ਲੋਕਤੰਤਰ ਦਾ ਮਹੱਤਵ ਕੀ ਹੈ ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਕਿਹੜੀਆਂ-ਕਿਹੜੀਆਂ ਹਨ ਅਤੇ ਲੋਕਤੰਤਰ ਦੀ ਸਫਲਤਾ ਦੇ ਲਈ ਜ਼ਰੂਰੀ ਸ਼ਰਤਾਂ ਕਿਹੜੀਆਂ-ਕਿਹੜੀਆਂ ਹਨ ਪਿਆਰੇ ਵਿਦਿਆਰਥੀਓ ਅਸੀਂ ਅੱਜ ਦੇ ਇਸ ਜਮਾਤ ਵਿੱਚ ਇਹਨਾਂ ਪ੍ਰਸ਼ਨਾਂ ਦੇ ਉੱਤਰ ਤਾਂ ਜਾਣਾਂਗੇ ਹੀ ਇਸ ਦੇ ਨਾਲ ਨਾਲ ਅਸੀਂ ਇਹ ਵੀ ਜਾਣਨ ਦੇ ਯੋਗ ਹੋ ਜਾਵਾਂਗੇ ਕਿ ਲੋਕਤੰਤਰੀਕ ਸ਼ਾਸਨ ਪ੍ਰਣਾਲੀ ਅਤੇ ਅਨਲੋਕਤੰਤਰੀਕ ਸ਼ਾਸਨ ਪ੍ਰਣਾਲੀ ਦੇ ਵਿੱਚ ਕੀ ਅੰਤਰ ਹੁੰਦਾ ਹੈ ਸਭ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰਦੇ ਹਾਂ ਲੋਕਤੰਤਰ ਸ਼ਬਦ ਦਾ ਸ਼ਾਬਦਿਕ ਅਰਥ ਜਾਣਨ ਦੇ ਲੋਕਤੰਤਰ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਡੈਮੋਕ੍ਰੇਸੀ ਦਾ ਪੰਜਾਬੀ ਅਨੁਵਾਦ ਹੈ ਜੋ ਇੰਗਲਿਸ਼ ਦਾ ਜਾਂ ਸ਼ਬਦ ਡੈਮੋਕ੍ਰੇਸੀ ਹੈ ਉਹ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ ਡੈਮੋਸ ਪਲੱਸ ਕ੍ਰੇਸ਼ੀਆ ਤੋਂ ਬਣਿਆ ਹੈ ਜਿਸ ਵਿੱਚ ਡੈਮੋਸ ਦਾ ਅਰਥ ਹੈ ਲੋਕ ਅਤੇ ਕ੍ਰੇਸ਼ੀਆ ਦਾ ਅਰਥ ਹੈ ਸ਼ਾਸਨ ਅਰਥਾਤ ਲੋਕਾਂ ਦਾ ਸ਼ਾਸਨ ਤਾਂ ਸਾਨੂੰ ਬੇਟਾ ਇਹ ਕਲੀਅਰ ਹੋ ਗਿਆ ਹੈ ਕਿ ਇਹ ਜਿਹੜੇ ਦੋ ਸ਼ਬਦ ਹਨ ਡੈਮੋ ਡੈਮੋਸ ਅਤੇ ਕ੍ਰੇਸ਼ੀਆ ਇਹਨਾਂ ਦੇ ਜਿਹੜੇ ਅਰਥ ਲੋਕ ਅਤੇ ਲੋਕਾਂ ਦਾ ਸ਼ਾਸਨ ਹੈ ਇਹਨਾਂ ਸ਼ਬਦਾਂ ਤੋਂ ਹੀ ਆਪਣੇ ਆਪ ਦੇ ਵਿੱਚ ਇਹ ਕਲੀਅਰ ਹੋ ਜਾਂਦਾ ਹੈ ਕਿ ਲੋਕਤੰਤਰ ਤੋਂ ਭਾਵ ਲੋਕਾਂ ਦੇ ਉੱਪਰ ਲੋਕਾਂ ਦੇ ਸ਼ਾਸਨ ਤੋਂ ਹੈ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਲੋਕਤੰਤਰ ਦੇ ਸਰੂਪ ਦੀ ਇਸ ਦਾ ਸਰੂਪ ਕਿਹੋ ਜਿਹਾ ਹੈ ਲੋਕਤੰਤਰ ਇੱਕ ਅਜਿਹੇ ਸੰਗਠਨਾਤਮਕ ਪ੍ਰਬੰਧ ਹੈ जिस ਵਿੱਚ राजनीतिक शक्ति प्राप्त करने ਲਈ ਲੋਕਾਂ ਦੀ ਸਤੰਤਰ ਰੂਪ ਵਿੱਚ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਂਦਾ ਹੈ ਲੋਕਤੰਤਰ ਵਿੱਚ ਜਨਤਾ ਸਰਕਾਰ ਉੱਤੇ ਨਿਯੰਤਰਣ ਰੱਖਦੀ ਹੈ ਕਈ ਵਾਰ ਲੋਕਤੰਤਰ ਨੂੰ ਸਾਰੇ ਲੋਕਾਂ ਦਾ ਸ਼ਾਸਨ ਕਹਿ ਦਿੱਤਾ ਜਾਂਦਾ ਹੈ ਇਹ ਇੱਕ ਕਲਪਨਾ ਹੀ ਹੈ ਕਿਉਂਕਿ ਸਾਰੇ ਲੋਕ ਇੱਕ ਮਤ ਨਹੀਂ ਹੋ ਸਕਦੇ ਕਈ ਵਾਰ ਲੋਕਤੰਤਰ ਨੂੰ ਬਹੁਗਿਣਤੀ ਦਾ ਸ਼ਾਸਨ ਕਹਿ ਦਿੱਤਾ ਜਾਂਦਾ ਹੈ ਇਹ ਵੀ ਠੀਕ ਨਹੀਂ ਉਦਾਹਰਨ ਦੇ ਤੌਰ ਤੇ ਕਈ ਵਾਰ ਇੱਕ ਤਾਨਾਸ਼ਾ ਬਹੁਗਿਣਤੀ ਲੋਕਾਂ ਦਾ ਸਮਰਥਨ ਸ਼ਕਤੀ ਦੇ ਨਾਲ ਹਾਸਲ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਕੀ ਅਸੀਂ ਅਜਿਹੇ ਸ਼ਾਸਨ ਨੂੰ ਲੋਕਤੰਤਰ ਕਹਾਂਗੇ ਚੋਣਨ ਦੀ ਆਜ਼ਾਦੀ ਹੀ ਲੋਕਤੰਤਰ ਦਾ ਮੁਢਲਾ ਆਧਾਰ ਹੈ ਲੋਕਤੰਤਰ ਦੀ ਹੋਂਦ ਵਿਚਾਰਾਂ ਦੀ ਭਿੰਨਤਾ ਵਿੱਚ ਪਾਈ ਜਾਂਦੀ ਹੈ ਹਰ ਇੱਕ ਵਿਅਕਤੀ ਦਾ ਦੇਸ਼ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਆਪਣਾ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ ਲੋਕਤੰਤਰ ਵਿੱਚ ਵਿਚਾਰਾਂ ਦੀ ਵਿਭਿੰਨਤਾ ਦਾ ਹੱਲ ਗੋਲੀਆਂ ਨਾਲ ਨਹੀਂ ਸਗੋਂ ਵੋਟਾਂ ਦੁਆਰਾ ਕੀਤਾ ਜਾਂਦਾ ਹੈ ਲੋਕਤੰਤਰ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਚੋਣਾਂ ਵਿੱਚ ਕੋਈ ਇੱਕ ਵਿਚਾਰਧਾਰਾ ਬਹੁਗਿਣਤੀ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨ ਵਿੱਚ ਸਫਲ ਹੋ ਜਾਂਦੀ ਹੈ ਇਹ ਵਿਚਾਰਧਾਰਾ ਰਾਜਨੀਤਿਕ ਸ਼ਕਤੀ ਹਾਸਲ ਕਰਨ ਵਿੱਚ ਸਫਲ ਹੋ ਜਾਂਦੀ ਹੈ ਤਾ ਇਸ ਪੈਰੇ ਤੋਂ ਅਸੀਂ ਕੀ ਸਮਝਦੇ ਹਾਂ ਕਿ ਭਾਵੇਂ ਕਿ ਲੋਕਤੰਤਰ ਹੈ ਜਿਵੇਂ ਕਿ ਸਾਡੇ ਆਪਣੇ ਦੇਸ਼ ਭਾਰਤ ਦੇ ਵਿੱਚ ਲੋਕਤੰਤਰ ਹੈ ਤੇ ਅੱਜ ਕੱਲ੍ਹ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲੋਕਤੰਤਰ ਨੂੰ ਅਪਣਾਇਆ ਗਿਆ ਹੈ ਇੱਕ ਆਮ ਸੋਚ ਸਾਡੇ ਸਾਹਮਣੇ ਆ ਜਾਂਦੀ ਹੈ ਕਿ ਇਹ ਤਾਂ ਲੋਕਾਂ ਦਾ ਸ਼ਾਸਨ ਹੈ ਜੀ ਪਰ ਕਰੋੜਾਂ ਦੀ ਦੇ ਗਿਣਤੀ ਦੇ ਵਿੱਚ ਲੋਕ ਹਨ ਇਹ ਸੰਭਵ ਹੋ ਨਹੀਂ ਸਕਦਾ ਕਿ ਉਹ ਸਾਰਿਆਂ ਦਾ ਵਿਚਾਰ ਕਿਸੇ ਮਸਲੇ ਦੇ ਪ੍ਰਤੀ ਇੱਕ ਹੋਵੇ ਵਿਚਾਰਾਂ ਦੀ ਜਿਹੜੀ ਵਿਭਿੰਨਤਾ ਹੈ ਉਹ ਇੱਕ ਆਮ ਗੱਲ ਹੈ ਪਰ ਲੋਕਤੰਤਰ ਦੀ ਇੱਕ ਵਿਸ਼ੇਸ਼ਤਾ ਹੈ ਕਿ ਜੋ ਇਹ ਵਿਚਾਰਿਕ મતਭੇਦ ਹੈ ਵਿਚਾਰਾਂ ਦਾ મતਭੇਦ ਹੈ ਇਸ ਦਾ ਹੱਲ ਹਿੰਸਾ ਨਾਲ ਲੜਾਈ ਨਾਲ ਨਹੀਂ ਕੀਤਾ ਜਾਂਦਾ ਸਗੋਂ ਵੋਟਾਂ ਨਾਲ ਕੀਤਾ ਜਾਂਦਾ ਹੈ ਅਲੱਗ-ਅਲੱਗ ਵਿਚਾਰਧਾਰਾ ਵਾਲੇ ਕੁਝ ਰਾਜਦਾਰਿਕ ਦਲ ਹੁੰਦੇ ਹਨ ਜੋ ਕਿ ਇੱਕ ਲੋਕਾਂ ਦਾ ਹੀ ਸਮੂਹ ਹਨ ਚੋਣਾਂ ਵੇਲੇ ਜੋ ਵੀ ਵਿਚਾਰਧਾਰਾ ਵੱਧ ਲੋਕਾਂ ਨੂੰ ਆਪਣੇ ਨਾਲ ਜੋੜ ਲੈਂਦੀ ਹੈ ਉਸੇ ਵਿਚਾਰਧਾਰਾ ਨੂੰ ਵੱਧ ਵੋਟਾਂ ਪ੍ਰਾਪਤ ਹੋ ਜਾਂਦੀਆਂ ਹਨ ਵੱਧ ਲੋਕ ਉਸ ਦੇ ਹੱਕ ਦੇ ਵਿੱਚ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਹੀ ਰਾਜਨੀਤਿਕ ਸ਼ਕਤੀ ਭਾਵ ਸ਼ਾਸਨ ਕਰਨ ਦੀ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਇਹ ਸਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਲੋਕਤੰਤਰ ਬਾਰੇ ਚਾਰ ਲਿਖੇ ਤੱਤ ਸਾਡੇ ਸਾਹਮਣੇ ਆਉਂਦੇ ਹਨ ਸਭ ਤੋਂ ਪਹਿਲੀ ਗੱਲ ਲੋਕਤੰਤਰ ਵਿੱਚ ਵੱਖ-ਵੱਖ ਵਿਚਾਰਾਂ ਅਤੇ ਰਾਜਨੀਤਿਕ ਦਲਾਂ ਦੀ ਹੋਂਦ ਹੁੰਦੀ ਹੈ प्यारे विद्यार्थियों ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇਹ ਜ਼ਰੂਰੀ ਨਹੀਂ ਕਿ ਕੋਈ ਵੀ ਵਿਚਾਰਧਾਰਾ ਦੇ ਨਾਲ ਸਾਰੇ ਹੀ ਲੋਕ ਸਹਿਮਤ ਹੋ ਜਾਣ ਹਰ ਇੱਕ ਵਿਅਕਤੀ ਦਾ ਵਿਚਾਰ ਆਪਣਾ ਹੈ ਅਤੇ ਉਹ ਆਪਣੇ ਵਿਚਾਰ ਨੂੰ ਮੰਨਣ ਦੇ ਲਈ ਆਜ਼ਾਦ ਹੈ ਅਤੇ ਇਹਨਾਂ ਇੱਕੋ ਨਾਲ ਦੇ ਵਿਚਾਰਾਂ ਵਾਲੇ ਕੁਝ ਵਿਅਕਤੀ ਮਿਲ ਕੇ ਰਾਜਨੀਤਿਕ ਦਲਾਂ ਦਾ ਨਿਰਮਾਣ ਕਰ ਲੈਂਦੇ ਹਨ ਸੋ ਸਭ ਤੋਂ ਪਹਿਲਾ ਤਤ ਕਿ ਲੋਕਤੰਤਰ ਦੇ ਵਿੱਚ ਵੱਖ-ਵੱਖ ਵਿਚਾਰ ਆਉਂਦੇ ਹਨ ਅਤੇ ਰਾਜਨੀਤਿਕ ਦਲਾਂ ਦੀ ਹੋਂਦ ਹੁੰਦੀ ਹੈ ਭਾਵ ਇੱਕੋ ਹੀ ਰਾਜਨੀਤਿਕ ਦਲ ਨਹੀਂ ਹੁੰਦਾ ਅਲੱਗ ਅਲੱਗ ਰਾਜਨੀਤਿਕ ਦਲ ਹੁੰਦੇ ਹਨ ਦੂਸਰਾ ਜੋ ਪੁਆਇੰਟ ਹੈ ਉਹ ਹੈ ਸੁਤੰਤਰ ਤੌਰ ਤੇ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਲੋਕਤੰਤਰ ਸਾਨੂੰ ਫਰੀडम ਆਫ ਸਪੀਚ ਦਿੰਦਾ ਹੈ ਭਾਵ ਕਿ ਵਿਅਕਤੀ ਦੇ ਜੋ ਵੀ ਵਿਚਾਰ ਹਨ ਉਹੋ ਵਿਚਾਰ ਪ੍ਰਗਟਾਉਣ ਦੀ ਉਸ ਨੂੰ ਸਤੰਤਰਤਾ ਹੈ ਆਜ਼ਾਦੀ ਹੈ ਸਰਕਾਰ ਦੁਆਰਾ ਜਾਂ ਕਿਸੇ ਸੰਸਥਾ ਦੇ ਦੁਆਰਾ ਉਸ ਨੂੰ ਵਿਚਾਰ ਪ੍ਰਗਟਾਉਣ ਤੋਂ ਰੋਕਿਆ ਨਹੀਂ ਜਾ ਸਕਦਾ ਆਪਣੀ ਉਹ ਵਿਚਾਰਧਾਰਾ ਨੂੰ ਲੋਕਾਂ ਦੇ ਸਾਹਮਣੇ ਰੱਖ ਸਕਦਾ ਹੈ ਉਹਨਾਂ ਨੂੰ ਪ੍ਰਗਟਾ ਸਕਦਾ ਹੈ ਉਸ ਤੋਂ ਬਾਅਦ ਅਗਲਾ ਪੁਆਇੰਟ ਤੇ ਬਹੁਤ ਹੀ ਮਹੱਤਵਪੂਰਨ ਪੁਆਇੰਟ ਹੈ 3 ਨੰਬਰ ਤੇ ਲਿਖਿਆ ਹੈ ਸਰਵ ਵਿਆਪਕ ਬਾਲਗ ਮਤ ਅਧਿਕਾਰ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕੇ ਲੋਕਤੰਤਰ ਦੇ ਵਿੱਚ ਜੇ ਕੋਈ ਵਿਚਾਰਧਾਰਾਵਾਂ ਅਲੱਗ-ਅਲੱਗ ਹਨ ਤਾਂ ਉਹਨਾਂ ਦਾ ਜੋ ਹੱਲ ਹੈ ਉਹ ਕੋਈ ਲੜਾਈ ਨਹੀਂ ਉਹ ਚੋਣਾਂ ਦੁਆਰਾ ਹੱਲ ਕੀਤਾ ਜਾਂਦਾ ਹੈ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਚੋਣਾਂ ਹੁੰਦੀਆਂ ਹਨ ਅਤੇ ਉਹਨਾਂ ਚੋਣਾਂ ਦੇ ਵਿੱਚ ਮਤ ਦੇਣ ਦਾ ਵੋਟ ਦੇਣ ਦਾ ਅਧਿਕਾਰ ਕਿਸ ਨੂੰ ਹੈ? ਬਾਲਗ ਬਾਲਗ ਤੋਂ ਭਾਵ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਸ਼ਾਇਦ ਅਲੱਗ-ਅਲੱਗ ਉਮਰਾਂ ਹੋਣ ਕਿ ਇਹ ਉਮਰ ਵਾਲੇ ਹਾਸਲ ਕਰਨ ਵਾਲੇ ਵਿਅਕਤੀ ਨੂੰ ਅਸੀਂ ਬਾਲਗ ਕਹਿ ਦਵਾਂਗੇ। ਭਾਰਤ ਦੇ ਵਿੱਚ ਇਹ ਉਮਰ 18 ਸਾਲ ਦੀ ਹੈ। ਭਾਵ ਭਾਰਤ ਦੇ ਵਿੱਚ 18 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਭਾਵੇਂ ਉਹ ਔਰਤ ਹੈ ਭਾਵੇਂ ਉਹ ਮਰਦ ਹੈ ਭਾਵੇਂ ਉਹ ਥਰਡ ਜੈਂਡਰ ਹੈ ਉਹਨਾਂ ਨੂੰ ਵੋਟ ਦੇਣ ਦਾ ਅਧਿਕਾਰ ਹੈ ਲੋਕਤੰਤਰ ਦੀ ਸਫਲਤਾ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਜੋ ਤਤ ਹੈ ਉਹ ਸਰਵ ਵਿਆਪਕ ਬਾਲਗ ਮਤ ਅਧਿਕਾਰ ਹੈ ਇਸ ਤੋਂ ਬਾਅਦ ਚੌਥਾ ਜੋ ਪੁਆਇੰਟ ਹੈ ਉਹ ਹੈ ਨਿਯਮਤ ਕਾਲੀ ਚੋਣਾ ਚੋਣਾ ਲੋਕਤੰਤਰ ਦਾ ਆਧਾਰ ਹਨ ਕੋਈ ਵੀ ਲੋਕਤੰਤਰ ਉਦੋਂ ਤੱਕ ਸਫਲ ਨਹੀਂ ਹੋ ਸਕਦਾ ਜਦ ਤੱਕ ਉਹ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਚੋਣਾ ਨਹੀਂ ਕਰਵਾਉਂਦਾ ਚੋਣਾ ਇੱਕ ਮੌਕਾ ਦਿੰਦੀਆਂ ਹਨ ਵਿਅਕਤੀ ਨੂੰ ਲੋਕਾਂ ਨੂੰ ਕਿ ਉਹ ਆਪਣੇ ਪ੍ਰਤੀਨਿਧ ਨੂੰ ਚੁਣ ਸਕਣ ਜਾਂ ਇੱਕ ਤਰੀਕੇ ਨਾਲ ਆਪਣਾ ਫੈਸਲਾ ਦੇ ਸਕਣ ਕਿ ਉਹ ਕਿਸ ਵਿਚਾਰਧਾਰਾ ਦੇ ਹਨ ਜਾਂ ਕਿਸ ਵਿਚਾਰਧਾਰਾ ਨੂੰ ਚੰਗਾ ਮੰਨਦੇ ਹਨ ਇੱਕ ਦੂਸਰਾ ਇਹਦਾ ਜੋ ਬਹੁਤ ਵੱਡਾ ਫਾਇਦਾ ਹੈ ਕਿ ਅਸੀਂ ਆਪਣੇ ਪ੍ਰਤਿਰੰਦੀ ਇਲੈਕਸ਼ਨਸ ਦੇ ਨਾਲ ਚੋਣਾਂ ਦੇ ਨਾਲ ਪਹਿਲਾਂ ਚੁਣ ਲਏ ਹਨ ਅਸੀਂ ਉਹਨਾਂ ਦੇ ਕੰਮ ਤੋਂ ਸੰਤੁਸ਼ਟ ਨਹੀਂ ਹਾਂ ਲੋਕ ਉਹਨਾਂ ਦੇ ਕੰਮ ਤੋਂ ਸੰਤੁਸ਼ਟ ਨਹੀਂ ਹਨ ਤਾਂ ਉਹਨਾਂ ਨੂੰ ਬਦਲਣ ਦੇ ਲਈ ਇੱਕ ਮੌਕਾ ਜੋ ਲੋਕਾਂ ਨੂੰ ਮਿਲਦਾ ਹੈ ਉਹ ਨਇਮਤ ਕਾਲੀਨ ਚੋਣਾਂ ਦੇ ਨਾਲ ਮਿਲਦਾ ਹੈ। ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇਹ ਚੋਣਾਂ ਕਰਵਾਉਣ ਦਾ ਜੋ ਕਾਲ ਹੈ, ਸਮਾਂ ਹੈ ਉਹ ਅਲੱਗ-ਅਲੱਗ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀ ਚੋਣ 4 ਸਾਲ ਬਾਅਦ ਹੁੰਦੀ ਹੈ। ਸਾਡੇ ਭਾਰਤ ਦੇਸ਼ ਨੂੰ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ ਅਤੇ ਸਾਡੇ ਦੇਸ਼ ਦੇ ਵਿੱਚ ਜੋ ਚੋਣਾਂ ਹਨ ਉਹ 5 ਸਾਲ ਬਾਅਦ ਹੁੰਦੀਆਂ ਹਨ ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਲੋਕਤੰਤਰ ਦੀਆਂ ਪਰਿਭਾਸ਼ਾਵਾਂ ਅਲੱਗ-ਅਲੱਗ ਸ਼ਖਸੀਅਤਾਂ ਵੱਲੋਂ ਲੋਕਤੰਤਰ ਦੀਆਂ ਅਲੱਗ-ਅਲੱਗ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ ਇਹਨਾਂ ਪਰਿਭਾਸ਼ਾਵਾਂ ਦੇ ਵਿੱਚ ਆਪਣੇ-ਆਪਣੇ ਸ਼ਬਦਾਂ ਦੇ ਨਾਲ ਸਾਰਿਆਂ ਨੇ ਲੋਕਤੰਤਰ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕੁਝ ਮਹੱਤਵਪੂਰਨ ਪਰਿਭਾਸ਼ਾਵਾਂ ਅੱਜ ਦੀ ਇਸ ਜਮਾਤ ਦੇ ਵਿੱਚ ਤੁਹਾਡੇ ਸਾਹਮਣੇ ਹਨ ਸਭ ਤੋਂ ਪਹਿਲੇ ਨੰਬਰ ਤੇ ਹੈ ਸਭ ਤੋਂ ਜ਼ਿਆਦਾ ਮੰਨਣਯੋਗ ਯਾ ਸਭ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਪ੍ਰਭਾਸ਼ਾ ਜੋ ਕਿ ਅਮਰੀਕਨ ਪ੍ਰੈਜ਼ੀਡੈਂਟ ਅਬਰਾਹਮ ਲਿੰਕਨ ਜੀ ਨੇ ਲਿਖਿਆ ਹੈ ਲੋਕਤੰਤਰ ਦੀ ਸਭ ਤੋਂ ਸੁੰਦਰ ਪਰਿਭਾਸ਼ਾ ਲੋਕਾਂ ਦੀ ਲੋਕਾਂ ਲਈ ਤੇ ਲੋਕਾਂ ਰਾਹੀਂ ਚੁਣੀ ਹੋਈ ਸਰਕਾਰ ਹੈ ਭਾਵ ਲੋਕਤੰਤਰ ਸਰਕਾਰ ਜੋ ਹੈ ਉਹ ਲੋਕਾਂ ਦੀ ਹੁੰਦੀ ਹੈ ਲੋਕਾਂ ਦੇ ਭਲੇ ਲਈ ਆ ਲੋਕਾਂ ਦੇ ਲਈ ਹੀ ਚੁਣੀ ਜਾਂਦੀ ਹੈ ਅਤੇ ਲੋਕਾਂ ਦੇ ਰਾਹੀਂ ਹੀ ਚੁਣੀ ਜਾਂਦੀ ਹੈ ਸੋ ਇਸ ਪਰਿਭਾਸ਼ਾ ਨੂੰ ਵਿਸ਼ਵ ਪੱਧਰ ਤੇ ਮਕਬੂਲੀਅਤ حاصل ਹੈ ਲੋਕ ਬਹੁਤ ਚੰਗਾ ਸਮਝਦੇ ਹਨ ਇਸ ਤੋਂ ਬਾਅਦ ਅਗਲੀ ਪ੍ਰਭਾਸ਼ਾ ਛਿਲੇ ਦੀ ਲੋਕਤੰਤਰ ਇੱਕ ਅਜਈ ਸਰਕਾਰ ਹੈ ਜਿਸ ਵਿੱਚ ਹਰ ਇੱਕ ਵਿਅਕਤੀ ਦਾ ਹਿੱਸਾ ਹੁੰਦਾ ਹੈ ਭਾਵ ਲੋਕਤੰਤਰੀ ਸਰਕਾਰ ਦੇ ਵਿੱਚ ਹਰ ਇੱਕ ਵਿਅਕਤੀ ਹਿੱਸੇਦਾਰ ਹੁੰਦਾ ਹੈ ਉਸਨੇ ਆਪਣਾ ਹਿੱਸਾ ਪਾਇਆ ਹੁੰਦਾ ਹੈ ਨੰਬਰ 3 ਹਾਲ ਲੋਕਤੰਤਰ ਇੱਕ ਅਜਿਹਾ ਰਾਜਨੀਤਿਕ ਸੰਗਠਨ ਹੈ ਜਿਸ ਵਿੱਚ ਲੋਕ رائے ਨਿਯੰਤਰਣ ਕਰਦੀ ਹੈ ਅਤੇ ਅੰਤ ਦੇ ਵਿੱਚ ਡਾਈਸੀ ਦੀ ਪ੍ਰਭਾਸ਼ਾ ਡਾਈਸੀ ਕਹਿੰਦੇ ਹਨ ਲੋਕਤੰਤਰ ਸਰਕਾਰ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਸ਼ਾਸਕ ਦਲ ਜਨਤਾ ਦਾ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਹੈ ਪਿਆਰੇ ਵਿਦਿਆਰਥੀਓ ਇਸ ਤੋਂ ਬਾਅਦ ਅਸੀਂ ਜਾਣਾਂਗੇ ਲੋਕਤੰਤਰ ਦੇ ਮੁਢਲੇ ਸਿਧਾਂਤਾਂ ਬਾਰੇ ਪਹਿਲੇ ਨੰਬਰ ਤੇ ਲੋਕਤੰਤਰ ਦਾ ਜੋ ਸਿਧਾਂਤ ਹੈ ਉਹ ਹੈ ਲੋਕਤੰਤਰ ਸਾਰੇ ਵਿਅਕਤੀਆਂ ਨੂੰ ਵਿਚਾਰ ਪ੍ਰਗਟਾਉਣ ਆਲੋਚਨਾ ਕਰਨ ਤੇ ਦੂਜਿਆਂ ਨਾਲ ਅਸਹਿਮਤ ਹੋਣ ਦਾ ਅਧਿਕਾਰ ਦਿੰਦਾ ਹੈ ਇਸ ਸਿਧਾਂਤ ਤੋਂ ਭਾਵ ਹੈ ਕਿ ਜੋ ਲੋਕਤੰਤਰੀ ਪ੍ਰਣਾਲੀ ਹੈ ਉਸ ਦੇ ਵਿੱਚ ਹਰ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਖੁੱਲ ਹੈ ਉਸ ਨੂੰ ਆਪਣੇ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਹੈ ਆਪਣੇ ਵਿਚਾਰ ਪ੍ਰਗਟਾਉਣ ਦੇ ਨਾਲ ਨਾਲ ਜੇਕਰ ਅਸੀਂ ਕਿਸੇ ਦੂਸਰੇ ਦੇ ਵਿਚਾਰਾਂ ਦੇ ਨਾਲ ਸਹਿਮਤ ਨਹੀਂ ਹਾਂ ਤਾਂ ਅਸੀਂ ਉਸ ਦੀ ਆਲੋਚਨਾ ਕਰ ਸਕਦੇ ਹਾਂ ਅਤੇ ਦੂਸਰਿਆਂ ਦੇ ਨਾਲ ਅਸਹਿਮਤ ਵੀ ਹੋ ਸਕਦੇ ਹਾਂ ਭਾਵੇਂ ਸਰਕਾਰ ਦੁਆਰਾ ਜਾਂ ਸ਼ਾਸਨ ਪ੍ਰਣਾਲੀ ਦੁਆਰਾ ਕਿਸੇ ਵਿਅਕਤੀ ਨੂੰ ਵਿਚਾਰ ਪ੍ਰਗਟਾਉਣ ਤੋਂ ਨਹੀਂ ਰੋਕਿਆ ਜਾ ਸਕਦਾ ਦੂਸਰੇ ਦੀ ਆਲੋਚਨਾ ਤੋਂ ਨਹੀਂ ਰੋਕਿਆ ਜਾ ਸਕਦਾ ਜਾਂ ਇੱਕ ਦੂਸਰੀ ਵਿਚਾਰਧਾਰਾ ਦੇ ਨਾਲ ਅਸਹਿਮਤ ਹੋਣ ਤੋਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਅਸੀਂ ਆਪਣੇ ਵਿਚਾਰ ਰੱਖ ਸਕਦੇ ਹਾਂ ਉਹਨਾਂ ਨੂੰ ਪ੍ਰਗਟਾ ਸਕਦੇ ਹਾਂ ਅਤੇ ਦੂਸਰੇ ਲੋਕਾਂ ਦੇ ਨਾਲ ਅਸਹਿਮਤ ਹੋ ਸਕਦੇ ਹਾਂ ਇਸ ਤੋਂ ਬਾਅਦ ਜੋ ਅਗਲਾ ਸਿਧਾਂਤ ਲੋਕਤੰਤਰ ਵਿੱਚ ਵੱਖ-ਵੱਖ ਵਿਚਾਰ ਰੱਖਣ ਦੀ ਖੁੱਲ੍ਹ ਹੁੰਦੀ ਹੈ। ਲੋਕਤੰਤਰ ਨਿਸ਼ਚਿਤ ਤੌਰ ਤੇ ਸਹਿਣਸ਼ੀਲਤਾ ਤੇ ਆਧਾਰਿਤ ਹੈ। ਬੜੇ ਸਪਸ਼ਟ ਤੌਰ ਦੇ ਵਿੱਚ ਇਹਨਾਂ ਲਾਈਨਾਂ ਦੇ ਵਿੱਚ ਸਮਝਾਇਆ ਗਿਆ ਹੈ ਕਿ ਅਸੀਂ ਆਪਣਾ ਵਿਚਾਰ ਕੋਈ ਵੀ ਹੈ ਉਹ ਰੱਖ ਸਕਦੇ ਹਾਂ। ਲੋਕਾਂ ਨੂੰ ਆਪਣਾ ਵਿਚਾਰ ਰੱਖਣ ਦੀ ਖੁੱਲ ਹੈ ਅਤੇ ਬੜੀ ਮਹੱਤਵਪੂਰਨ ਗੱਲ ਜੋ ਅੱਗੇ ਲਿਖੀ ਹੈ ਕਿ ਲੋਕਤੰਤਰ ਨਿਸ਼ਚਿਤ ਤੌਰ ਤੇ ਪੱਕੇ ਤੌਰ ਤੇ ਸਹਿਣਸ਼ੀਲਤਾ ਤੇ ਆਧਾਰਿਤ ਹੈ ਭਾਵੇਂ ਜੇਕਰ ਅਸੀਂ ਕਿਸੇ ਦੂਸਰੇ ਦੇ ਵਿਚਾਰ ਦੇ ਨਾਲ ਅਸਹਿਮਤ ਹਾਂ ਤਾਂ ਸਾਨੂੰ ਅਜਿਹਾ ਸਹਿਣਸ਼ੀਲਤਾ ਹੋਣਾ ਪਵੇਗਾ ਕਿ ਕੋਈ ਦੂਸਰਾ ਵੀ ਸਾਡੇ ਜੋ ਵਿਚਾਰ ਹਨ ਉਹਨਾਂ ਦੇ ਨਾਲ ਅਸਹਿਮਤ ਹੋਵੇ ਉਸ ਤੋਂ ਬਾਅਦ ਅਗਲਾ ਸਿਧਾਂਤ ਲੋਕਤੰਤਰ ਵਿੱਚ ਝਗੜਿਆਂ ਦਾ ਹੱਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰੇਰਣਾ ਤੇ ਸ਼ਾਂਤੀਪੂਰਨ ਢੰਗਾਂ ਦੁਆਰਾ ਲੱਭਿਆ ਜਾਂਦਾ ਹੈ ਭਾਵ ਇਹ ਇੱਕ ਕਾਮਨ ਇੱਕ ਆਮ ਫੀਨੋਮਨਾ ਹੈ ਕਿ ਅਲੱਗ-ਅਲੱਗ ਰਾਸ਼ਟਰਾਂ ਦਾ ਕਿਸੇ ਨਾ ਕਿਸੇ ਮਸਲੇ ਦੇ ਉੱਪਰ ਝਗੜਾ ਹੋ ਸਕਦਾ ਹੈ ਇਨ ਝਗੜਿਆਂ ਦਾ ਜੋ ਹੱਲ ਹੈ ਉਹ ਲੜਾਈ ਨਾਲ ਨਹੀਂ ਜੰਗ ਨਾਲ ਨਹੀਂ ਬਲਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰੇਰਿਤ ਕਰਨ ਤੇ ਅਤੇ ਸ਼ਾਂਤੀਪੂਰਨ ਢੰਗਾਂ ਦੇ ਨਾਲ ਹੀ ਲੱਭਿਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਸਾਡਾ ਆਪਣਾ ਦੇਸ਼ ਭਾਰਤ ਭਾਰਤ ਦੇ ਵਿੱਚ ਅਲੱਗ-ਅਲੱਗ ਰਾਜ ਹਨ ਅਤੇ ਆਪਣੇ ਰਾਜਾਂ ਦੇ ਹਿੱਤਾਂ ਦੇ ਲਈ अलग-अलग ਰਾਜਾਂ ਦੇ ਵਿੱਚ ਕਿਸੇ ਗੱਲ ਦੇ ਉੱਪਰ મતਭੇਦ ਹੋ ਸਕਦੇ ਹਨ ਪਰ ਇਸ મતਭੇਦ ਦਾ ਮਤਲਬ ਇਹ ਨਹੀਂ ਕਿ ਆਪਸ ਦੇ ਵਿੱਚ ਲੜਪੈਣ ਬਲਕਿ ਆਪਸ ਦੇ ਵਿੱਚ ਗੱਲਬਾਤ ਰਹੀਂ ਅਤੇ ਸ਼ਾਂਤੀਪੂਰਨ ਢੰਗਾਂ ਦੇ ਨਾਲ ਹੀ ਇਹਨਾਂ ਜੋ ਝਗੜਿਆਂ ਦਾ ਉਹ ਹੱਲ ਹੈ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੋਕਤੰਤਰ ਦਾ ਇੱਕ ਹੋਰ ਮਤਵਪੂਰਨ ਮੂਢਲਾ ਸਿਧਾਂਤ ਨੰਬਰ 4 ਲੋਕਤੰਤਰ ਸਪਸ਼ਟ ਤੌਰ ਤੇ ਹਿੰਸਾਤਮਕ ਸਾਧਨ ਦੇ ਵਿਰੁੱਧ ਹੈ ਭਾਵੇਂ ਇਸ ਸਮਾਜ ਦੀ ਭਲਾਈ ਲਈ ਹੀ ਕਿਉਂ ਨਾ ਵਰਤੇ ਜਾਣ ਇੱਕ ਮਹੱਤਵਪੂਰਨ ਗੱਲ ਜੋ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਹਿੰਸਾ ਅਤੇ ਲੋਕਤੰਤਰ ਨਾਲ ਨਾਲ ਨਹੀਂ ਚੱਲ ਸਕਤੇ ਲੋਕਤੰਤਰ ਦਾ ਇੱਕ ਮੂਢਲਾ ਸਿਧਾਂਤ ਹੈ ਕਿ ਇਹ ਹਿੰਸਾ ਵਾਲੇ ਲੜਾਈ ਵਾਲੇ ਜੋ ਸਾਧਨ ਹਨ ਉਹਨਾਂ ਦੇ ਬਿਲਕੁਲ ਵਿਰੁੱਧ ਹੈ ਭਾਵੇਂ ਕਿ ਇਹ ਸਾਧਨ ਸਮਾਜ ਦੀ ਭਲਾਈ ਲਈ ਹੀ ਕਿਉਂ ਨਾ ਹੋਵੇ ਕੋਈ ਵੀ ਕਾਰਨ ਹੋਵੇ ਪਰ ਲੋਕਤੰਤਰ ਹਿੰ사ਾਤਮਕ ਸਾਧਨਾਵਾਂ ਦੇ ਪ੍ਰਯੋਗ ਦੇ ਹੱਕ ਵਿੱਚ ਨਹੀਂ ਹੈ ਬਲਕਿ ਇਹਨਾਂ ਦੇ ਪ੍ਰਯੋਗ ਦੇ ਵਿਰੁੱਧ ਹੈ ਇਸ ਤੋਂ ਬਾਅਦ ਅਗਲਾ ਪੁਆਇੰਟ ਸਮਾਜ ਦੀ ਭਲਾਈ ਦੇ ਨਾਂ ਤੇ ਜਿਹੜੀ ਸਰਕਾਰ ਅਣਉਚਿਤ ਜਬਰ ਸ਼ਕਤੀ ਦੀ ਵਰਤੋਂ ਕਰਦੀ ਹੈ ਉਸ ਨੂੰ ਲੋਕਤੰਤਰੀ ਸਰਕਾਰ ਨਹੀਂ ਕਹਿ ਸਕਦੇ ਭਾਵੇਂ ਕਿਸੇ ਦੇਸ਼ ਦੇ ਵਿੱਚ ਕਿਸੇ ਰਾਸ਼ਟਰ ਦੇ ਵਿੱਚ ਕੋਈ ਇੱਕ ਵਿਅਕਤੀ ਸ਼ਾਸਨ ਕਰ ਰਿਹਾ ਹੈ ਉਸ ਦੀ ਇੱਛਾ ਹੀ ਕਾਨੂੰਨ ਹੈ ਭਾਵੇਂ ਕਿ ਉਹ ਵਿਅਕਤੀ ਸਮਾਜ ਦੀ ਭਲਾਈ ਦੇ ਨਾਂ ਦੇ ਉੱਪਰ ਤਾਕਤ ਦਾ ਪ੍ਰਯੋਗ ਕਰਦਾ ਹੈ ਅਣਉਚਿਤ ਤਾਕਤ ਦੇ ਪ੍ਰਯੋਗ ਦੇ ਨਾਲ ਉਹ ਕੋਈ ਕੰਮ ਕਰਦਾ ਹੈ ਤਾਂ ਅਸੀਂ ਉਸ ਨੂੰ ਭਾਵੇਂ ਉਹ ਸਮਾਜ ਦੀ ਭਲਾਈ ਦੇ ਲਈ ਹੀ ਕਿਉਂ ਨਾ ਕਰ ਰਿਹਾ ਹੋਵੇ ਅਸੀਂ ਇਸੇਹੀ ਸਰਕਾਰ ਨੂੰ ਲੋਕਤੰਤਰੀ ਸਰਕਾਰ ਨਹੀਂ ਕਹਾਵਾਂਗੇ ਲੋਕਤੰਤਰ ਮਨੁੱਖ ਦੀ ਸ਼ਖਸੀਅਤ ਦੇ ਗੌਰਵ ਨੂੰ ਯਕੀਨੀ ਬਣਾਉਂਦਾ ਹੈ ਇਸੇ ਕਰਕੇ ਲੋਕਤੰਤਰੀ ਦੇਸ਼ਾਂ ਵਿੱਚ ਵਿਅਕਤੀ ਨੂੰ ਕਈ ਤਰ੍ਹਾਂ ਦੇ ਅਧਿਕਾਰ ਦਿੱਤੇ ਜਾਂਦੇ ਹਨ ਲੋਕਤੰਤਰ ਦੇ ਵਿੱਚ ਮਨੁੱਖ ਨੂੰ ਆਪਣੀ ਸ਼ਖਸੀਅਤ ਨੂੰ ਸਵਾਰਨ ਦਾ ਮੌਕਾ ਦਿੱਤਾ ਜਾਂਦਾ ਹੈ ਇਸ ਤੇ ਗੌਰਵ ਨੂੰ ਯਕੀਨੀ ਬਣਾਉਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਇਸ ਦੇ ਲਈ ਲੋਕਤੰਤਰੀ ਦੇਸ਼ਾਂ ਦੇ ਵਿੱਚ ਵਿਅਕਤੀਆਂ ਨੂੰ ਕਈ ਤਰ੍ਹਾਂ ਦੇ ਅਧਿਕਾਰ ਦਿੱਤੇ ਜਾਂਦੇ ਹਨ ਭਾਰਤ ਦੇ ਵਿੱਚ ਵੀ ਸਾਨੂੰ ਕਈ ਮੁੱਢਲੇ ਅਧਿਕਾਰ ਦਿੱਤੇ ਗਏ ਹਨ ਲੋਕਤੰਤਰ ਦਾ ਸਤਵਮੁੱਢਲਾ ਸਿਧਾਂਤ ਹੈ ਕਿ ਲੋਕਤੰਤਰ ਇੱਕ ਅਜਿਹੀ ਸਰਕਾਰ ਹੈ ਜਿਸ ਵਿੱਚ ਪ੍ਰਭੂ ਸੱਤਾ ਜਨਤਾ ਕੋਲ ਹੁੰਦੀ ਹੈ ਰਾਜ ਦਾ ਇੱਕ ਮਹੱਤਵਪੂਰਨ ਹਿੱਸਾ ਪ੍ਰਭੂ ਸੱਤਾ ਹੈ ਕਿ ਭਾਵੇਂ ਆਪਣੀ ਮਰਜ਼ੀ ਦੇ ਨਾਲ ਫੈਸਲੇ ਲੈਣ ਦੀ ਸ਼ਕਤੀ ਤਾ ਲੋਕਤੰਤਰ ਦੇ ਵਿੱਚ ਜੋ ਪ੍ਰਭੂ ਸੱਤਾ ਹੈ ਉਹ ਜਨਤਾ ਕੋਲ ਹੁੰਦੀ ਹੈ ਕਿਸੇ ਦੂਸਰੇ ਰਾਜ ਕੋਲ ਨਹੀਂ ਹੁੰਦੀ 8ਵਾਂ ਪੁਆਇੰਟ ਵਿਵਹਾਰਿਕ ਤੌਰ ਤੇ ਲੋਕਤੰਤਰ ਬਹੁ ਗਿਣਤੀ ਦਾ ਸ਼ਾਸਨ ਹੁੰਦਾ ਹੈ ਜਿਸ ਵਿੱਚ ਘੱਟ ਗਿਣਤੀ ਦੇ ਅਧਿਕਾਰਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਭਾਵ ਕਿ ਲੋਕਤੰਤਰੀ ਸਰਕਾਰ ਬਹੁ ਗਿਣਤੀ ਦੀ ਸਰਕਾਰ ਹੋਵੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਜੋ ਘੱਟ ਗਿਣਤੀ ਵਰਗ ਹੈ ਉਸ ਨੂੰ ਅਣਗੌਲਿਆ ਕੀਤਾ ਜਾਵੇ ਉਹਨਾਂ ਦੇ ਅਧਿਕਾਰਾਂ ਦਾ ਵੀ ਪੂਰਾ ਧਿਆਨ ਲੋਕਤੰਤਰ ਵਿੱਚ ਰੱਖਿਆ ਜਾਂਦਾ ਹੈ ਨੋਵਾਂ ਪੁਆਇੰਟ ਲੋਕਤੰਤਰ ਲੋਕਾਂ ਦੇ ਪ੍ਰਤਨਿਧਾਂ ਦੀ ਸਰਕਾਰ ਹੁੰਦੀ ਹੈ ਜਿਹੜੇ ਕਿ ਬਾਲਗ ਨਾਗਰਿਕਾਂ ਦੁਆਰਾ ਚੁਣੇ ਜਾਂਦੇ ਹਨ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਭਾਰਤ ਦੇ ਵਿੱਚ 18 ਸਾਲ ਨੂੰ 18 ਸਾਲ ਦਾ ਹੋਣ ਤੇ ਸਾਨੂੰ ਵੋਟ ਦਾ ਅਧਿਕਾਰ ਮਿਲ ਜਾਂਦਾ ਹੈ ਅਤੇ 18 ਸਾਲ ਦਾ ਹੋਣ ਤੋਂ ਉਪਰੰਤ ਜੋ ਵੀ ਵਾਗ ਹੁੰਦੇ ਹਨ ਉਹ ਸੁਤੰਤਰ ਤੌਰ ਤੇ ਬਿਨਾਂ ਕਿਸੇ ਡਰ ਤੇ ਦਬਾਅ ਤੋਂ ਚੋਣਾਂ ਦੁਆਰਾ ਆਪਣੇ ਪ੍ਰਤੀਨਿਧੀ ਦੀ ਚੋਣ ਕਰ ਸਕਦੇ ਹਨ ਨੈਕਸਟ ਪੁਆਇੰਟ ਲੋਕਤੰਤਰ ਸਰਕਾਰ ਸੰਵਿਧਾਨ ਅਨੁਸਾਰ ਕੰਮ ਕਰਦੀ ਹੈ ਜਿਹੜਾ ਸੰਵਿਧਾਨ ਲੋਕਾਂ ਦੁਆਰਾ ਪ੍ਰਵਾਨ ਕੀਤਾ ਗਿਆ ਹੋਵੇ ਲੋਕਤੰਤਰੀ ਸਰਕਾਰ ਦੇ ਵਿੱਚ ਇਹ ਸੰਭਵ ਨਹੀਂ ਕਿ ਕੋਈ ਵੀ ਸਰਕਾਰ ਆਪਣੀ ਮਰਜ਼ੀ ਨਾਲ ਚੱਲਦੀ ਰਹੇ ਉਹ ਲੋਕਾਂ ਦੁਆਰਾ ਪ੍ਰਵਾਨ ਕੀਤੇ ਗਏ ਕਾਨੂੰਨੀ ਦਸਤਾਵੇਜ਼ ਜਿਸ ਨੂੰ ਕਿ ਸੰਵਿਧਾਨ ਕਿਹਾ ਜਾਂਦਾ ਹੈ ਉਸ ਦੇ ਅਨਸਾਰ ਹੀ ਆਪਣਾ ਕੰਮ ਕਰਦੀ ਹੈ ਇਸ ਤੋਂ ਅਗਲਾ ਪੁਆਇੰਟ ਲੋਕਤੰਤਰ ਵਿੱਚ ਸਾਰੇ ਲੋਕਾਂ ਦੀ ਭਲਾਈ ਦਾ ਉਦੇਸ਼ ਛੁਪਿਆ ਹੁੰਦਾ ਹੈ ਭਾਵ ਲੋਕਤੰਤਰੀ ਸਰਕਾਰ ਕਲਿਆਣਕਾਰੀ ਸਰਕਾਰ ਹੁੰਦੀ ਹੈ ਅਤੇ ਇਸ ਦਾ ਜੋ ਇੱਕ ਮੂਡਲਾ ਸਿਧਾਂਤ ਹੈ ਉਹ ਲੋਕਾਂ ਦੀ ਭਲਾਈ ਹੈ। ਇਸ ਤੋਂ ਬਾਅਦ 12ਵਾਂ ਪੁਆਇੰਟ ਲੋਕਤੰਤਰ ਵਿੱਚ ਸੰਵਿਧਾਨਿਕ ਤਰੀਕਿਆਂ ਦੁਆਰਾ ਸਰਕਾਰ ਨੂੰ ਬਦਲਿਆ ਜਾ ਸਕਦਾ ਹੈ। ਲੋਕਤੰਤਰ ਹਿੰਸਾਤਮਕ ਢੰਗ ਦੁਆਰਾ ਸਰਕਾਰ ਨੂੰ ਬਦਲਣ ਦੇ ਵਿਰੁੱਧ ਹੈ। ਤਾਂ ਪਿਆਰੇ ਵਿਦਿਆਰਥੀਓ ਅੱਜ ਦੀ ਇਸ ਜਮਾਤ ਦੇ ਵਿੱਚ ਅਸੀਂ ਲੋਕਤੰਤਰ ਦੇ ਸਰੂਪ ਇਸ ਦੀਆਂ ਪਰਿਭਾਸ਼ਾਵਾਂ ਅਤੇ ਲੋਕਤੰਤਰ ਦੇ ਮੁਢਲੇ ਸਿਧਾਂਤਾਂ ਬਾਰੇ ਗੱਲਬਾਤ ਕੀਤੀ ਹੈ ਉਮੀਦ ਹੈ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਸਮਝਿਆ ਹੋਵੇਗਾ ਇਸ 파ਰਟ ਦਾ ਬਾਕੀ ਦਾ ਹਿੱਸਾ ਅਸੀਂ ਆਪਣੇ ਅਗਲੀ ਜਮਾਤ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਬਹੁਤ ਬਹੁਤ ਧੰਨਵਾਦ